प्यार दीरी तपना ले पढ़ के हुक्म यीशु दे तू नफरत दी कर दा दे आगे यीशु दे दबारे तू तेरे उजड़े घर नू ओते वसौड़ा प्रभु यीशु मसीह दा फजल खुदा बाप दा प्रेम अते रूपाक दी सांझ तुहाडे नाल होवे अते तुहाडी रूह नाल भी होवे। मसीह विच प्यारियो असी सारे खुदा दे परिवार वजों इत्थे इकट्ठे होए हाँ। आओ असी भरोसे नाल खुदा बाप कोलों अपने गुनाहां दे लई माफ़ी मंगीए क्योंकि वह मेहर अते प्यार नाल भरिया होया है अते असी अपने आप नू पाक मिसा दी कुरबानी दे विच योग ढंग दे नाल भाग लैण दे लई तैयार करिए। ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹਾਂ ਨੂੰ ਮਾਫ਼ ਕਰਕੇ
ਸਾਨੂੰ ਸਦੀਵੇ ਜੀਵਨ ਤੱਕ ਪਹੁੰਚਾਵੇ ਆਮੀਨ ਪ੍ਰਭੂ ਅਸੀਂ ਪ੍ਰਾਰਥਨਾ ਕਰੀਏ ਐ ਖੁਦਾ ਸਾਡੇ ਬਾਪ ਤੂੰ ਆਪਣੇ ਰਾਜ ਦੇ ਬੂਹੇ ਉਹਨਾਂ ਲਈ ਖੋਲ੍ਹਦਾ ਹੈ ਜੋ ਛੋਟੇ ਅਤੇ ਹਲੀਮ ਹਨ ਬਖਸ਼ ਦੇ ਕਿ ਅਸੀਂ ਵੀ ਪੂਰੇ ਭਰੋਸੇ ਨਾਲ ਬਾਲਕ ਯਿਸੂ ਦੀ ਸੰਤਨੀ ਤਰੇਜ਼ਾ ਵੱਲੋਂ ਦਿਖਾਏ ਗਏ ਰਾਹਾਂ ਉੱਤੇ ਚੱਲੀਏ ਤਾਂ ਜੋ ਸਾਡੇ ਉੱਤੇ ਵੀ ਤੇਰੇ ਜਲਾਲੀ ਚਿਹਰੇ ਦੀ ਚਮਕ ਪ੍ਰਗਟ ਹੋ ਜਾਵੇ ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਕ ਦੀ ਏਕਤਾ ਵਿੱਚ ਇੱਕ ਖੁਦਾ ਜਿਉਂਦਾ ਦੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ ਪਾਠ ਪਹਿਲਾ ਯਸ਼ਾਇਆ ਨਬੀ ਦਾ ਗ੍ਰੰਥ ਉਸਦਾ 6 ਬਾਬ 10 ਤੋਂ 14 ਆਇਤਾਂ ਤੁਸੀਂ ਜੋ ਯਰੂਸ਼ਲਮ ਨੂੰ ਪਿਆਰ ਕਰਦੇ ਹੋ
ਉਸਦੇ ਨਾਲ ਮਿਲ ਕੇ ਖੁਸ਼ੀ ਕਰੋ। ਤੁਸੀਂ ਜੋ ਉਸਦੇ ਲਈ ਸੋਗ ਕਰਦੇ ਹੋ ਉਸਦੇ ਲਈ ਆਨੰਦਿਤ, ਤੁਸੀਂ ਉਸਦੀ ਖੁਸ਼ਹਾਲੀ ਨੂੰ ਉਸੇ ਤਰ੍ਹਾਂ ਮੰਨੋਗੇ ਜਿਸ ਤਰ੍ਹਾਂ ਬੱਚਾ ਆਪਣੀ ਮਾਂ ਦਾ ਦੁੱਧ ਚੁੰਘਦਾ ਹੈ। ਪ੍ਰਭੂ ਕਹਿੰਦਾ ਹੈ, ਮੈਂ ਤੁਹਾਨੂੰ ਨਾ ਖਤਮ ਹੋਣ ਵਾਲੀ ਖੁਸ਼ਹਾਲੀ ਦੇਵਾਂਗਾ। ਕੌਮਾਂ ਦੀ ਸੰਪਤੀ ਤੁਹਾਡੇ ਵੱਲ ਉਸ ਦਰਿਆ ਦੇ ਵਾਂਗ ਵਧੇਗੀ ਜੋ ਕਦੀ ਸੁੱਕਦਾ ਨਾ ਹੋਵੇ, ਅਤੇ ਉਸ ਬੱਚੇ ਦੇ ਵਾਂਗ ਹੋਵੇਗੀ ਜਿਸ ਦੀ ਪਾਲਣਾ ਪੋਸ਼ਣਾ ਉਸਦੀ ਮਾਂ ਨੇ ਆਪਣੀਆਂ ਬਾਹਾਂ ਵਿੱਚ ਲੈ ਕੇ ਬੜੇ ਪਿਆਰ ਨਾਲ ਕੀਤੀ ਹੋਵੇ। ਮੈਂ ਤੁਹਾਨੂੰ ਯਰੂਸ਼ਲਮ ਵਿੱਚ ਉਸੇ ਤਰ੍ਹਾਂ ਤਸੱਲੀ ਦੇਵਾਂਗਾ ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਤਸੱਲੀ ਦਿੰਦੀ ਹੈ। ਜਦੋਂ ਤੁਸੀਂ ਇਹ ਹੁੰਦਾ ਦੇਖੋਗੇ ਤਾਂ ਤੁਸੀਂ ਖੁਸ਼ ਹੋਵੋਗੇ, ਅਤੇ ਇਸ ਨਾਲ ਤੁਹਾਨੂੰ ਸ਼ਕਤੀ ਅਤੇ ਸਿਹਤ ਮਿਲੇਗੀ। ਤਾਂ ਤੁਸੀਂ ਇਹ ਵੀ ਜਾਣ ਜਾਵੋਗੇ ਕਿ ਮੈਂ ਪ੍ਰਭੂ ਆਪਣੇ ਆਗਿਆਕਾਰੀ ਦੀ ਮਦਦ ਕਰਦਾ ਹਾਂ ਅਤੇ ਆਪਣੇ ਵੈਰੀਆਂ ਉੱਤੇ ਕ੍ਰੋਧਿਤ ਹੁੰਦਾ ਹਾਂ। ਇਹ ਪ੍ਰਭੂ ਦੀ ਪਵਿੱਤਰ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਪਿਆਰ ਇਰਖਾਲੂ ਨਹੀਂ ਹੈ, ਨਾ ਹੀ ਹੰਕਾਰੀ ਅਤੇ ਨਾ ਹੀ ਆਕੜਬਾਜ਼ ਹੈ। ਪਿਆਰ ਬਦਤਮੀਜ਼ ਨਹੀਂ ਹੈ। ਪਿਆਰ ਆਪਣੀ ਮਨ ਮਰਜ਼ੀ 'ਤੇ ਜ਼ੋਰ ਨਹੀਂ ਦਿੰਦਾ, ਇਹ ਚਿੜਦਾ ਨਹੀਂ ਹੈ ਅਤੇ ਨਾ ਹੀ ਨਾਰਾਜ਼ ਰਹਿੰਦਾ ਹੈ। ਪਿਆਰ ਬੁਰਾਈ ਤੋਂ ਖੁਸ਼ ਨਹੀਂ ਹੁੰਦਾ, ਸਗੋਂ ਸੱਚਾਈ ਤੋਂ ਪ੍ਰਸੰਨ ਹੁੰਦਾ ਹੈ। ਪਿਆਰ ਸਭ ਕੁਝ ਸਹਿ ਲੈਂਦਾ ਹੈ,
सब गल्लां उत्ते यकीन करता है, सब गल्लां दी आस रखता है, अते सब कुछ जर लेता है। प्यार कदी मुकदा नहीं, भविखबाणियां हन तां ओह खत्म हो जाणगियां, जबाना हन तां ओह बंद हो जाणगियां, अते ज्ञान है तां जांदा रहेगा, क्योंकि साडा ज्ञान अधूरा है अते साडी भविखबाणी अधूरी है। पर जदों कामल आ जाएगा तो अधूरा खत्म हो जाएगा। मैं जदों बच्चा सा बच्चे वांग बोलता सा, मैं बच्चे वांग समझदा सा, मैं बच्चे वांग विचार करता सा, पर जदों मैं स्याणा हो गया तो मैं न्याणियां वाला तौर तरीका छड़ दिता। क्यों जो हुण असी शीशे विच तुंदला जिहा देखते हाँ, पर तद असी हूबहू स्पष्ट देखांगे। जिवें खुदा मैनू जानता है, हाँ हुण ईमान उम्मीद अते प्यार ये तिन्ने संदीवी हैं, पर इन्हां विचों सब तो महान है प्यार। ये प्रभु दी बाणी है। खुदा दा शुक्र होवे। ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪਾਠ ਪਵਿੱਤਰ ਅੰਜੀਲ ਦਾ ਸੰਤ ਮਤੀ ਦੇ ਅਨੁਸਾਰ। ਤੇਰੀ ਵਡਿਆਈ ਹੋਵੇ ਯਾਰ ਪ੍ਰਭੂ। ਉਸ ਵੇਲੇ ਚੇਲੇ ਯਸ਼ੂ ਕੋਲ ਆਏ ਅਤੇ ਇਹ ਪੁੱਛਣ ਲੱਗੇ, ਸਵਰਗ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ? ਉਸਨੇ ਇੱਕ ਬੱਚੇ ਨੂੰ ਆਪਣੇ ਕੋਲ ਸੱਦ ਕੇ ਉਸ ਨੂੰ ਉਹਨਾਂ ਦੇ ਵਿਚਕਾਰ ਖੜਾ ਕੀਤਾ ਅਤੇ ਕਿਹਾ, ਮੈਂ ਤੁਹਾਨੂੰ ਸੱਚ ਆਖਦਾ ਹਾਂ, ਜਦੋਂ ਤੱਕ ਤੁਸੀਂ ਬਦਲ ਕੇ ਛੋਟੇ ਬੱਚਿਆਂ ਵਾਂਗ ਨਹੀਂ ਬਣੋਗੇ, ਤੁਸੀਂ ਸਵਰਗ ਰਾਜ ਵਿੱਚ ਕਦੀ ਦਾਖਲ ਨਹੀਂ ਹੋਵੋਗੇ। ਜੋ ਕੋਈ ਆਪਣੇ ਆਪ ਨੂੰ ਇਸ ਬੱਚੇ ਵਾਂਗ ਨਿਮਰ ਬਣਾਉਂਦਾ ਹੈ, ਉਹ ਸਵਰਗ ਰਾਜ ਵਿੱਚ ਸਭ ਤੋਂ ਵੱਡਾ ਹੈ। ਇਹ ਪ੍ਰਭੂ ਦੀ ਪਵਿੱਤਰ ਅੰਜੀਲ ਹੈ। ਤੇਰੀ ਮਹਿਮਾ ਹੋਵੇ ਯਾ ਮਸੀਹਾ। ਮਸੀਹ ਵਿੱਚ ਪਿਆਰਿਓ, ਅਸੀਂ ਇੱਕ ਐਸੇ ਯੁੱਗ ਵਿੱਚ ਜੀ ਰਹੇ ਹਾਂ, ਇੱਕ ਐਸੇ ਸੰਸਾਰ ਵਿੱਚ ਜੀ ਰਹੇ ਹਾਂ, ਜਿੱਥੇ ਅਸੀਂ ਹਰ ਰੋਜ਼ ਵੇਖਦੇ ਹਾਂ ਕਿ ਅਸੀਂ ਔਰ ਸਾਡੇ ਭੈਣ ਭਰਾ, ਅਸੀਂ ਸਾਰੇ ਦੌੜ ਭੱਜ ਵਿੱਚ ਲੱਗੇ ਹੋਏ ਹਾਂ। ਕੋਈ ਸਫਲਤਾ ਦੇ ਪਿੱਛੇ ਭੱਜ ਰਿਹਾ ਹੈ, ਕੋਈ ਸ਼ਕਤੀ ਪਾਉਣ ਦੇ ਪਿੱਛੇ, ਤਾਕਤ ਪਾਉਣ ਦੇ ਪਿੱਛੇ ਭੱਜ ਰਿਹਾ ਹੈ, ਕੋਈ ਵੱਡਾ ਅਹੁਦਾ ਪਾਉਣ ਦੇ ਪਿੱਛੇ ਭੱਜ ਰਿਹਾ ਹੈ, ਕੋਈ ਧਨ ਸੰਪੱਤੀ ਪਾਉਣ ਦੇ ਪਿੱਛੇ ਭੱਜ ਰਿਹਾ ਹੈ, ਕੋਈ ਇੱਜ਼ਤ ਪਾਉਣ ਦੇ ਪਿੱਛੇ ਭੱਜ ਰਿਹਾ ਹੈ, ਕੋਈ ਸ਼ਾਨੋ ਸ਼ੌਕਤ ਪਾਉਣ ਦੇ ਪਿੱਛੇ ਭੱਜ ਰਿਹਾ ਹੈ। ਤਾਂ ਅਸੀਂ ਸਾਰੇ ਇੱਕ ਦੌੜ ਭੱਜ ਵਿੱਚ ਲੱਗੇ ਹੋਏ ਹਾਂ, ਅਤੇ ਐਸੇ ਯੁੱਗ ਵਿੱਚ, ਐਸੇ ਸਮੇਂ ਵਿੱਚ, ਐਸੇ ਲੋਕਾਂ ਦੇ ਲਈ ਪਰਮੇਸ਼ੁਰ ਦੇ ਵਚਨ ਜਿਹੜੇ ਹਨ
ਉਹ ਸ਼ਾਇਦ ਸਾਨੂੰ ਬੇਮਤਲਬ ਔਰ ਮਹੱਤਵਹੀਣ ਲੱਗਣ। ਪ੍ਰਭੂ ਯੇਸ਼ੂ ਸਾਨੂੰ ਦੱਸਦੇ ਹਨ ਵਚਨਾਂ ਦੇ ਵਿੱਚ ਕਿ ਵੱਡੇ ਹੋਣ ਦੇ ਲਈ ਤੁਸੀਂ ਕੀ ਕਰੋ, ਛੋਟੇ ਬਣੋ। ਜੇਕਰ ਤੁਸੀਂ ਮਹਾਨ ਬਣਨਾ ਚਾਹੁੰਦੇ ਹੋ ਤਾਂ ਤੁਸੀਂ ਆਪਣੇ ਆਪ ਨੂੰ ਨੀਵਾਂ ਬਣਾ ਲਓ, ਆਪਣੇ ਆਪ ਨੂੰ ਨੀਵਾਂ ਕਰੋ। ਇਹ ਸੰਸਾਰ ਦੀ ਸੋਚ ਤੋਂ ਬਿਲਕੁਲ ਉਲਟ ਹੈ। ਜੇ ਕੋਈ ਵੱਡਾ ਬਣਨਾ ਚਾਹੁੰਦਾ ਤਾਂ ਉਹਨੂੰ ਦੂਜਿਆਂ ਦੇ ਸਾਹਮਣੇ ਵੱਡਾ ਬਣਨ ਦੀ ਐਕਟਿੰਗ ਕਰਨੀ ਪੈਂਦੀ ਹੈ। ਜੇਕਰ ਕੋਈ ਮਹਾਨ ਬਣਨਾ ਚਾਹੁੰਦਾ ਤਾਂ ਉਹਨੂੰ ਮਹਾਨ ਹੋਣ ਦੇ ਨਾਟਕ ਕਰਨਾ ਪੈਂਦਾ। ਪਰ ਯੇਸ਼ੂ ਮਸੀਹ ਉਹਦਾ ਉਲਟ ਸਾਨੂੰ ਦੱਸ ਰਹੇ ਹਨ। ਸਵਰਗ ਰਾਜ ਵਿੱਚ ਸਭ ਤੋਂ ਵੱਡਾ ਕੌਣ ਹੈ? ਯੇਸ਼ੂ ਮਸੀਹ ਦੇ ਜਿਹੜਾ ਉੱਤਰ ਸੀ ਉਹਦੇ ਨਾਲ ਸ਼ਾਇਦ ਚੇਲਿਆਂ ਨੂੰ ਥੋੜ੍ਹਾ ਜਿਹਾ ਸ਼ੌਕ ਲੱਗਾ ਹੋਵੇ, ਨਿਰਾਸ਼ਾ ਵੀ ਹੋਈ ਹੋਣੀ, ਕਿਉਂਕਿ ਉਹਨਾਂ ਨੇ ਸੋਚਿਆ ਸੀ ਪ੍ਰਭੂ ਯੇਸ਼ੂ ਮਸੀਹ ਕੋਈ ਵੱਡਾ ਪ੍ਰਚਾਰ ਉਹਨਾਂ ਨੂੰ ਕਰਨਗੇ, ਵੱਡੀ ਸਿੱਖਿਆ ਦੇ ਬਾਰੇ 'ਚ ਦੇਣਗੇ। ਪਰ ਪ੍ਰਭੂ ਯੇਸ਼ੂ ਮਸੀਹ ਨੇ ਕੀ ਕੀਤਾ? ਇੱਕ ਬੱਚੇ ਨੂੰ ਚੱਕਿਆ ਔਰ ਉਹਨਾਂ ਦੇ ਵਿਚਕਾਰ ਖੜਾ ਕੀਤਾ ਔਰ ਉਹਨਾਂ ਨੂੰ ਕਿਹਾ, ਜਦੋਂ ਤੱਕ ਤੁਸੀਂ ਬਦਲ ਕੇ ਛੋਟੇ ਬੱਚਿਆਂ ਵਾਂਗੂ ਨਹੀਂ ਹੋ ਜਾਓਗੇ ਤਾਂ ਤੁਸੀਂ ਸਵਰਗ ਰਾਜ ਵਿੱਚ ਕਦੇ ਵੀ ਦਾਖਲ ਨਹੀਂ ਹੋ ਸਕਦੇ। ਤਾਂ ਪਿਆਰਿਓ, ਅੱਜ ਦੇ ਇਹਨਾਂ ਵਚਨਾਂ ਨੂੰ ਸਮਝਾਉਣ ਦੇ ਲਈ ਕਲੀਸੀਆ ਸਾਨੂੰ ਇੱਕ ਬਹੁਤ ਵਧੀਆ ਉਦਾਹਰਨ ਦਿੰਦੀ ਹੈ। ਉਹ ਹੈ ਬਾਲਕ ਯੇਸੂ ਦੀ ਸੰਤਨੀ ਤਰੇਜ਼ਾ ਦੇ ਰੂਪ ਵਿੱਚ। ਸੰਤਨੀ ਤਰੇਜ਼ਾ ਨੂੰ ਮਿਸ਼ਨਰੀਆਂ ਦਾ ਸਰਪ੍ਰਸਤ ਸੰਤ ਆਖਿਆ ਜਾਂਦਾ ਹੈ। ਤੁਹਾਨੂੰ ਪਤਾ ਮਿਸ਼ਨਰੀਆਂ ਦਾ ਕੰਮ ਕੀ ਹੈ? ਮਿਸ਼ਨਰੀਆਂ ਦਾ ਕੰਮ ਹੈ ਅਲੱਗ ਅਲੱਗ ਜਗ੍ਹਾਵਾਂ 'ਤੇ ਜਾਣਾ, ਐਸੀਆਂ ਜਗ੍ਹਾਵਾਂ 'ਤੇ ਜਾਣਾ ਜਿੱਥੇ ਸੁਸਮਾਚਾਰ ਦਾ ਪ੍ਰਚਾਰ ਨਹੀਂ ਹੋਇਆ ਔਰ ਉਹਨਾਂ ਨੂੰ ਸੁਸਮਾਚਾਰ ਸੁਣਾਉਣਾ। ਪਰ ਇਹ ਸੰਤ ਕਦੀ ਆਪਣੇ ਕੌਨਵੈਂਟ ਤੋਂ ਬਾਹਰ ਨਹੀਂ ਗਈ, ਤਾਂ ਇਸ ਨੂੰ ਮਿਸ਼ਨਰੀਆਂ ਦਾ ਸਰਪ੍ਰਸਤ ਸੰਤ ਬਣਾ ਦਿੱਤਾ। ਜਿਹੜਾ ਕੰਮ ਉਸਨੇ ਪ੍ਰਤਿਅਕਸ਼ ਰੂਪ 'ਚ ਕੀਤਾ ਨਹੀਂ ਹੈ ਕਦੇ ਵੀ, ਉਸ ਨੂੰ ਉਹਨਾਂ ਦਾ ਸਰਪ੍ਰਸਤ ਬਣਾ ਦਿੱਤਾ। ਕੌਨਵੈਂਟ ਦੀਆਂ ਚਾਰ ਦੀਵਾਰੀਆਂ ਦੇ ਅੰਦਰ ਹੀ ਉਸਨੇ ਆਪਣੀ ਸਾਰੀ ਜ਼ਿੰਦਗੀ ਬਿਤਾਈ ਹੈ। ਬਾਲਕ ਯੇਸੂ ਦੀ ਸੰਤਨੀ ਤਰੇਜ਼ਾ, ਉਹਨਾਂ ਨੇ ਆਪਣੀਆਂ ਲਿਖਤਾਂ ਵਿੱਚ ਸਾਨੂੰ ਇੱਕ ਰਸਤਾ ਦੱਸਿਆ ਜਿਸ ਨੂੰ ਉਹ ਪੁਕਾਰਦੀ ਹੈ, ਛੋਟਾ ਰਸਤਾ, ਸੰਤਨੀ ਤਰੇਜ਼ਾ ਦਾ ਛੋਟਾ ਰਸਤਾ। ਤੋ ਸੰਤਨੀ ਤਰੇਜ਼ਾ ਸਾਨੂੰ ਇੱਕ ਸ਼ਾਰਟਕੱਟ ਦੱਸਦੀ ਹੈ ਔਰ ਉਹਦਾ ਸ਼ਾਰਟਕੱਟ ਕੀ ਹੈ ਕਿ ਉਹ ਕਹਿੰਦੀ ਹੈ ਕਿ ਮੈਂ ਆਪਣੇ ਦਮ 'ਤੇ ਆਪਣੇ ਜ਼ੋਰ ਦੇ ਨਾਲ ਮੈਂ ਸੰਪੂਰਨ ਨਹੀਂ ਬਣ ਸਕਦੀ। ਵਚਨ ਵਿੱਚ ਲਿਖਿਆ ਸੰਪੂਰਨ ਬਣੋ ਕਿਉਂਕਿ ਤੁਹਾਡਾ ਖੁਦਾ ਬਾਪ ਸੰਪੂਰਨ ਹੈ। ਤੋ ਸੰਤਨੀ ਤਰੇਜ਼ਾ ਸਾਨੂੰ ਕਹਿੰਦੀ ਹੈ ਕਿ ਮੈਂ ਆਪਣੇ ਦਮ 'ਤੇ ਸੰਪੂਰਨ ਨਹੀਂ ਬਣ ਸਕਦੀ, ਇਸ ਕਰਕੇ ਮੈਂ ਆਪਣੇ ਆਪ ਨੂੰ ਖੁਦਾ ਦੇ ਹੱਥਾਂ ਵਿੱਚ, ਖੁਦਾ ਦੀਆਂ ਬਾਹਾਂ ਵਿੱਚ ਇੱਦਾਂ ਸੌਂਪ ਦਿੰਦੀ ਹਾਂ ਜਿੱਦਾਂ ਇੱਕ ਬੱਚਾ ਆਪਣੇ ਆਪ ਨੂੰ ਆਪਣੀ ਮਾਂ ਦੇ ਜਾਂ ਆਪਣੇ ਬਾਪ ਦੀਆਂ ਬਾਹਾਂ ਵਿੱਚ ਸੌਂਪ ਦਿੰਦਾ ਹੈ, ਭਰੋਸਾ ਰੱਖਦੇ ਹੋਏ ਕਿ ਮੇਰੀ ਮਾਂ, ਮੇਰਾ ਬਾਪ ਮੇਰੀ ਦੇਖਭਾਲ ਕਰੇਗਾ, ਮੇਰੀ ਮਾਂ, ਮੇਰਾ ਬਾਪ ਮੈਨੂੰ ਨਸ਼ਟ ਨਹੀਂ ਹੋਣ ਦੇਗਾ, ਮੈਨੂੰ ਕੋਈ ਦੁੱਖ ਤਕਲੀਫ ਨਹੀਂ ਹੋਣ ਦੇਗਾ, ਮੈਨੂੰ ਸਾਰੇ ਖਤਰਿਆਂ ਤੋਂ ਬਚਾਵੇਗਾ। ਸੰਤਨੀ ਤਰੇਜ਼ਾ ਆਪਣੀ ਜ਼ਿੰਦਗੀ ਵਿੱਚ ਜੋ ਵੀ ਕਰਦੀ ਸੀ ਉਹ ਆਪਣੇ ਮਨ ਵਿੱਚ ਕਹਿੰਦੀ ਸੀ, ਪ੍ਰਭੂ ਮੈਂ ਇਹ ਤੁਹਾਡੇ ਪਿਆਰ ਦੇ ਲਈ ਕਰ ਰਹੀ ਹਾਂ, ਆਪਣੇ ਭੈਣ ਭਰਾਵਾਂ ਦੇ ਪਿਆਰ ਦੇ ਲਈ ਕਰ ਰਹੀ ਹਾਂ। ਆਪਣੇ ਭੈਣ ਭਰਾਵਾਂ ਨੂੰ ਵੀ ਕਿਉਂ ਪਿਆਰ ਕਰ ਰਹੀ ਹਾਂ? ਕਿਉਂਕਿ ਮੈਂ ਤੁਹਾਨੂੰ ਪਿਆਰ ਕਰਦੀ ਹਾਂ। ਅੱਜ ਦੇ ਪਹਿਲੇ ਪਾਠ ਵਿੱਚ ਜੇਕਰ ਤੁਸੀਂ ਧਿਆਨ ਨਾਲ ਸੁਣਿਆ ਹੈ ਤਾਂ ਸਾਨੂੰ ਦੱਸਿਆ ਹੈ ਕਿ ਅੰਤ ਵਿੱਚ ਸਿਰਫ ਪਿਆਰ ਰਹੇਗਾ, ਸਾਰਾ ਕੁਝ ਜੋ ਵੀ ਸਾਡੇ ਕੋਲ ਹੈ ਸਭ ਕੁਝ ਖਤਮ ਹੋ ਜਾਏਗਾ। ਸਾਡੇ ਸਾਰੇ ਗੁਣ, ਸਦਗੁਣ, ਸਾਡੇ ਵਿੱਚ ਜੋ ਵੀ ਖੂਬੀਆਂ ਨੇ, ਸਾਡਾ ਇਮਾਨ, ਸਾਡੀ ਉਮੀਦ, ਸਭ ਕੁਝ ਖਤਮ ਹੋ ਜਾਵੇਗਾ ਐਂਡ ਵਿੱਚ, ਕਿਉਂਕਿ ਅੰਤ ਵਿੱਚ ਜਦੋਂ ਅਸੀਂ ਖੁਦਾ ਦੀ ਹਜ਼ੂਰੀ ਵਿੱਚ ਹਾਂ ਤਾਂ ਸਾਨੂੰ ਇਮਾਨ ਦੀ ਲੋੜ ਨਹੀਂ ਹੈ, ਕਿਉਂਕਿ ਜਿਸ ਦੇ ਉੱਤੇ ਅਸੀਂ ਇਮਾਨ ਰੱਖਦੇ ਹਾਂ ਸਾਡੇ ਸਾਹਮਣੇ ਹੈ, ਜਿਸ ਦੀ ਅਸੀਂ ਉਮੀਦ ਕਰਦੇ ਹਾਂ ਉਸਨੂੰ ਅਸੀਂ ਪਾ ਚੁੱਕੇ ਹਾਂ। ਪਰ ਅੰਤ ਵਿੱਚ ਕੀ ਰਹੇਗਾ? ਜਦੋਂ ਸਾਡਾ ਆਤਮਾ ਦਾ ਪਰਮਾਤਮਾ ਦੇ ਨਾਲ ਮੇਲ ਹੋਵੇਗਾ ਜਾਂ ਸਾਡਾ ਪਰਮੇਸ਼ੁਰ ਦੇ ਨਾਲ ਮੇਲ ਹੋਵੇਗਾ, ਅੰਤ ਵਿੱਚ ਰਹੇਗਾ ਸਿਰਫ ਪਿਆਰ। ਸਭ ਕੁਝ ਮੁੱਕ ਜਾਣਗਾ, ਭਵਿੱਖਬਾਣੀਆਂ ਮੁੱਕ ਜਾਣਗੀਆਂ, ਸਭ ਕੁਝ ਮੁੱਕ ਜਾਵੇਗਾ, ਪਰ ਅੰਤ ਵਿੱਚ ਸਿਰਫ ਪਿਆਰ ਰਹੇਗਾ। ਤੋ ਸੰਤਨੀ ਤਰੇਜ਼ਾ ਦਾ ਛੋਟਾ ਰਸਤਾ ਕੀ ਹੈ? ਕਿ ਜੋ ਵੀ ਕਰਨਾ ਹੈ ਪਰਮੇਸ਼ੁਰ ਦੇ ਪਿਆਰ ਦੇ ਲਈ ਕਰਨਾ ਹੈ। ਝਾੜੂ ਲਗਾਉਣਾ ਹੈ ਤਾਂ ਪਰਮੇਸ਼ੁਰ ਦੇ ਪਿਆਰ ਦੇ ਲਈ ਝਾੜੂ ਲਗਾਉਣਾ ਹੈ। ਉਹ ਰੋਟੀ ਬਣਾਉਣ ਦਾ ਕੰਮ ਕਰਦੀ ਸੀ ਅਤੇ ਉਹ ਕਹਿੰਦੀ ਸੀ ਮੈਂ ਪ੍ਰਭੂ ਦੇ ਪਿਆਰ ਦੇ ਲਈ ਰੋਟੀ ਬਣਾ ਰਹੀ ਹਾਂ। ਵਿਹੜੇ ਦੇ ਵਿੱਚ ਝਾੜੂ ਲਗਾਉਂਦੀ ਸੀ, ਪੱਤੇ ਇਕੱਠੇ ਕਰਦੀ ਸੀ, ਤਾਂ ਮੈਂ ਪ੍ਰਭੂ ਦੇ ਲਈ ਕਰ ਰਹੀ ਹਾਂ। ਸਿਸਟਰਾਂ ਜਿਹੜੀਆਂ ਉਹਨੂੰ ਚੰਗਾ ਨਹੀਂ ਜਾਣਦੀਆਂ ਸਨ ਉਹਨਾਂ ਨੂੰ ਵੀ ਉਹ ਪਿਆਰ ਕਰਨ ਦੀ ਕੋਸ਼ਿਸ਼ ਕਰਦੀ ਸੀ। ਕਿਉਂ? ਕਿਉਂਕਿ ਉਹ ਕਹਿੰਦੀ ਸੀ ਮੈਂ ਇਹਨਾਂ ਲਈ ਨਹੀਂ, ਮੈਂ ਪਰਮੇਸ਼ੁਰ ਦੇ ਪਿਆਰ ਦੇ ਲਈ ਕਰ ਰਹੀ ਹਾਂ। ਕੱਪੜੇ ਧੋਣ ਲੱਗਿਆ ਵੀ ਉਹ ਕਹਿੰਦੀ ਸੀ ਮੈਂ ਪਰਮੇਸ਼ੁਰ ਦੇ ਪਿਆਰ ਦੇ ਲਈ ਕੱਪੜੇ ਧੋ ਰਹੀ ਹਾਂ। ਔਰ ਉਹਦੇ ਗੁਣ ਸੀ ਲਿਖਣ ਦਾ,
ਅਤੇ ਉਹ ਆਪਣੀਆਂ ਭੈਣਾਂ ਦੇ ਐਂਟਰਟੇਨਮੈਂਟ ਵਾਸਤੇ ਕਈ ਵਾਰੀ ਨਾਟਕ ਔਰ ਕੁਝ ਚੀਜ਼ਾਂ ਲਿਖਦੀ ਸੀ। ਉਹ ਵੀ ਇਸ ਕਰਕੇ ਕਿਉਂਕਿ ਮੈਂ ਪਰਮੇਸ਼ੁਰ ਨੂੰ ਪਿਆਰ ਕਰਦੀ ਹਾਂ, ਇਸ ਲਈ ਮੈਂ ਕਰ ਰਹੀ ਹਾਂ। ਤੋ ਸੰਤਨੀ ਤਰੇਜ਼ਾ ਦਾ ਛੋਟਾ ਰਸਤਾ ਕੀ ਹੈ? ਜੋ ਵੀ ਕਰਨਾ ਹੈ ਉਹ ਪਰਮੇਸ਼ੁਰ ਦੇ ਪਿਆਰ ਦੇ ਲਈ ਕਰਨਾ ਹੈ। ਅੱਜ ਤੁਸੀਂ ਪਾਕ ਮਿਸਾ ਦੀ ਕੁਰਬਾਨੀ ਵਿੱਚ ਆਏ ਹੋ ਤਾਂ ਖੁਦਾ ਦੇ ਪਿਆਰ ਦੇ ਲਈ ਆਏ ਹੋ। ਜੇ ਤੁਸੀਂ ਗੀਤ ਗਾ ਰਹੇ ਹੋ, ਭਜਨ ਗਾ ਰਹੇ ਹੋ, ਖੁਦਾ ਦੇ ਪਿਆਰ ਦੇ ਲਈ ਕਰ ਰਹੇ ਹੋ। ਲੰਗਰ ਛੱਕ ਰਹੇ ਹੋ ਤਾਂ ਖੁਦਾ ਦੇ ਪਿਆਰ ਦੇ ਲਈ ਕਰ ਰਹੇ ਹੋ। ਲੰਗਰ ਦੀ ਸੇਵਾ ਕਰ ਰਹੇ ਹੋ ਤਾਂ ਖੁਦਾ ਦੇ ਪਿਆਰ ਦੇ ਲਈ ਕਰ ਰਹੇ ਹੋ। ਤਾਂ ਇਹ ਸ਼ੋਰਟਕੱਟ ਰਸਤਾ ਹੈ। ਜ਼ਿਆਦਾਤਰ ਲੋਕ ਇਹ ਸੋਚਦੇ ਆ ਕਿ ਸਾਨੂੰ ਸਵਰਗ ਰਾਜ ਵਿੱਚ ਜਾਣ ਦੇ ਲਈ ਵੱਡੇ ਵੱਡੇ ਕੰਮ ਕਰਨੇ ਪੈਣੇ ਹੈ, ਵੱਡੇ ਵੱਡੇ ਕੰਮ ਜਿੱਦਾਂ ਵੱਡੇ ਕੁਝ ਸੰਤਾਂ ਨੇ ਕੀਤੇ ਹਨ। ਉਹਨਾਂ ਨੇ ਵੀ ਛੋਟੀ ਜਿਹੀ ਸ਼ੁਰੂਆਤ ਕੀਤੀ ਸੀ, ਬਿਲਕੁਲ ਛੋਟੀ ਜਿਹੀ ਸ਼ੁਰੂਆਤ ਕੀਤੀ, ਬਾਅਦ ਦੇ ਵਿੱਚ ਪਰਮੇਸ਼ੁਰ ਨੇ ਉਹਨਾਂ ਦਾ ਕੰਮ ਵਧਾ ਦਿੱਤਾ। ਪਰ ਪਿਆਰਿਓ, ਸੰਤਨੀ ਤਰੇਜ਼ਾ ਸਾਡੇ ਸਾਹਮਣੇ ਇੱਕ ਵੱਡਾ ਉਦਾਹਰਣ ਹੈ। ਜਿਹੜੀ ਕਦੇ ਮਿਸ਼ਨਰੀਆਂ ਵਾਲਾ ਉਸਨੇ ਕੰਮ ਨਹੀਂ ਕੀਤਾ, ਬਾਹਰ ਜਾ ਕੇ ਕਦੀ ਪ੍ਰਚਾਰ ਨਹੀਂ ਕੀਤਾ, ਪਰ ਉਸਨੇ ਕਾਨਵੈਂਟ ਦੇ ਅੰਦਰ ਰਹਿ ਕੇ ਹੀ ਇਸ ਤਰ੍ਹਾਂ ਆਪਣੀ ਜ਼ਿੰਦਗੀ ਦੇ ਨਾਲ ਪ੍ਰਚਾਰ ਕੀਤਾ ਕਿ ਉਸਨੂੰ ਸਾਰੇ ਮਿਸ਼ਨਰੀਆਂ ਦਾ ਸਰਪ੍ਰਸਤ ਸੰਤ ਬਣਾ ਦਿੱਤਾ ਗਿਆ। ਇਸ ਕਰਕੇ ਅੱਜ ਜਦੋਂ ਅਸੀਂ ਸਾਡੇ ਪਿਆਰੇ ਬਾਲਕ ਯੇਸੂ ਦੀ ਸੰਤਨੀ ਤਰੇਜ਼ਾ ਨੂੰ ਯਾਦ ਕਰਦੇ ਹਾਂ, ਉਹਨਾਂ ਕੋਲੋਂ ਦੁਆ ਮੰਗਦੇ ਹਾਂ, ਉਹਨਾਂ ਦੀ ਮਧਿਅਸਥਾ ਮੰਗਦੇ ਹਾਂ, ਤਾਂ ਅਸੀਂ ਸਾਰਿਆਂ ਨੇ ਇਹ ਵਰਦਾਨ ਮੰਗਣਾ ਹੈ ਕਿ ਜੋ ਵੀ ਸਾਡੀਆਂ ਜ਼ਿੰਮੇਦਾਰੀਆਂ ਸਾਨੂੰ ਸੌਂਪੀਆਂ ਗਈਆਂ ਹੈ, ਬੱਚੇ ਹੋ ਤਾਂ ਤੁਹਾਨੂੰ ਪੜ੍ਹਨ ਦੀ ਜ਼ਿੰਮੇਦਾਰੀ ਹੈ ਤੁਹਾਡੀ, ਤੁਹਾਨੂੰ ਇਮਾਨਦਾਰੀ ਦੇ ਨਾਲ ਪੜ੍ਹਾਈ ਕਰੋ, ਚੰਗੀ ਤਰ੍ਹਾਂ ਪੜ੍ਹੋ। ਕਾਲਜ ਜਾਂਦੇ ਹੋ ਤਾਂ ਕਾਲਜ 'ਤੇ ਜਿਹੜੀ ਪੜ੍ਹਾਈ ਹੈ ਆਪਣਾ ਕੋਰਸ ਕਰ ਰਹੇ ਹੋ, ਚੰਗੀ ਤਰ੍ਹਾਂ ਕਰੋ, ਇਮਾਨਦਾਰੀ ਦੇ ਨਾਲ ਕਰੋ। ਕੰਮ ਕਰ ਰਹੇ ਹੋ, ਦਿਹਾੜੀ ਕਰ ਰਹੇ ਹੋ, ਰੋਟੀ ਬਣਾ ਰਹੇ ਹੋ, ਔਰ ਘਰ ਦਾ ਕੰਮ ਕਾਜ ਕਰ ਰਹੇ ਹੋ, ਕੋਈ ਬਾਹਰ ਕੰਮ ਕਰਨ ਨਹੀਂ ਜਾਂਦੇ, ਘਰ ਦਾ ਹੀ ਕੰਮ ਕਰ ਰਹੇ ਹੋ, ਤਾਂ ਉਹ ਸਭ ਕੁਝ ਪ੍ਰਭੂ ਦੇ ਪਿਆਰ ਦੇ ਲਈ ਜੇਕਰ ਅਸੀਂ ਕਰਦੇ ਹਾਂ ਤਾਂ ਓਨਾ ਹੀ ਸਾਡੇ ਲਈ ਕਾਫੀ ਹੈ ਸਵਰਗ ਰਾਜ ਵਿੱਚ ਪਹੁੰਚਣ ਦੇ ਲਈ। ਇਸ ਕਰਕੇ ਆਓ ਅਸੀਂ ਖੁਦਾ ਕੋਲੋਂ ਬਰਕਤ ਮੰਗੀਏ ਕਿ ਅਸੀਂ ਆਪਣੀ ਰੋਜ਼ਮਰਾ ਦੀ ਜ਼ਿੰਦਗੀ ਵਿੱਚ ਜੋ ਵੀ ਜ਼ਿੰਮੇਦਾਰੀਆਂ ਸਾਨੂੰ ਪਰਮੇਸ਼ੁਰ ਨੇ ਸੌਂਪੀਆਂ ਹਨ, ਬੱਚੇ ਹੋਣ ਦੇ ਨਾਤੇ, ਯੁਵਾ ਹੋਣ ਦੇ ਨਾਤੇ, ਬਜ਼ੁਰਗ ਹੋਣ ਦੇ ਨਾਤੇ, ਵੱਡੇ ਹੋਣ ਦੇ ਨਾਤੇ, ਫਾਦਰ ਸਿਸਟਰ ਮੁਨਾਦ ਹੋਣ ਦੇ ਨਾਤੇ, ਜਿਸ ਤਰ੍ਹਾਂ ਦਾ ਵੀ ਕੰਮ ਪਰਮੇਸ਼ੁਰ ਨੇ ਸਾਨੂੰ ਸੌਂਪਿਆ, ਉਸ ਕੰਮ ਨੂੰ ਅਸੀਂ ਸੰਤਨੀ ਤਰੇਜ਼ਾ ਵਾਂਗੂ ਕਰੀਏ, ਪਰਮੇਸ਼ੁਰ ਦੇ ਪਿਆਰ ਦੇ ਲਈ ਕਰੀਏ। ਕਿਸੇ ਨੂੰ ਦਿਖਾਉਣ ਦੇ ਲਈ ਨਹੀਂ, ਕਿਸੇ ਕੋਲੋਂ ਤਨਖਾਹ ਲੈਣ ਦੇ ਲਈ ਨਹੀਂ, ਕਿਸੇ ਦੀ ਸੇਵਾ ਕਰਨ ਦੇ ਲਈ ਨਹੀਂ, ਕਿਸੇ ਕੋਲੋਂ ਪ੍ਰਸ਼ੰਸਾ ਪਾਉਣ ਦੇ ਲਈ ਨਹੀਂ, ਪਰ ਪਰਮੇਸ਼ੁਰ ਦੀ ਵਡਿਆਈ ਦੇ ਲਈ, ਪਰਮੇਸ਼ੁਰ ਦੇ ਪਿਆਰ ਦੇ ਲਈ, ਪਰਮੇਸ਼ੁਰ ਦੀ ਮਹਿਮਾ ਦੇ ਲਈ, ਕਿਉਂਕਿ ਅੰਤ ਵਿੱਚ ਸਿਰਫ ਇਹੀ ਬਚੇਗਾ ਜੋ ਅਸੀਂ ਪਿਆਰ ਦੇ ਨਾਲ ਕੀਤਾ ਹੈ। ਆਓ ਅਸੀਂ ਸਾਰੇ ਮਿਲ ਕੇ ਆਪਣੇ ਇਮਾਨ ਦਾ ਐਲਾਨ ਕਰੀਏ। ਰਸੂਲਾਂ ਦਾ ਕਲਮਾ, ਮੈਂ ਖੁਦਾ ਤੇ ਇਮਾਨ ਰੱਖਦਾ ਹਾਂ, ਜਿਹੜਾ ਬਾਪ ਪੂਰੀ ਕੁਦਰਤ ਵਾਲਾ ਅਸਮਾਨ ਤੇ ਜ਼ਮੀਨ ਦਾ ਪੈਦਾ ਕਰਨ ਵਾਲਾ ਹੈ, ਮੈਂ ਯਿਸੂ ਮਸੀਹ ਤੇ ਇਮਾਨ ਰੱਖਦਾ ਹਾਂ, ਜਿਹੜਾ ਉਸਦਾ ਇਕਲੌਤਾ ਬੇਟਾ ਅਤੇ ਸਾਡਾ ਖੁਦਾਵੰਦ ਹੈ, ਜੋ ਰੂਹ ਪਾਕ ਦੇ ਨਾਲ ਕੁਆਰੀ ਮਰੀਮ ਦੇ ਗਰਭ ਵਿੱਚ ਆਇਆ ਅਤੇ ਉਸ ਤੋਂ ਜਨਮਿਆ, ਪੈਂਤੁਸ ਪਿਲਾਤੁਸ ਦੇ ਅਹਿਦ ਵਿੱਚ ਦੁੱਖ ਉਠਾਇਆ, ਸਲੀਬ ਉੱਤੇ ਚੜਾਇਆ ਗਿਆ, ਮਰ ਗਿਆ ਤੇ ਦਫਨਾਇਆ ਗਿਆ, ਬਰਜਸ ਵਿੱਚ ਜਾ ਉਤਰਿਆ, ਤੀਸਰੇ ਦਿਹਾੜੇ ਮੁਰਦਿਆਂ ਵਿੱਚੋਂ ਜੀ ਉੱਠਿਆ, ਅਸਮਾਨ ਉੱਤੇ ਚੜ ਗਿਆ ਅਤੇ ਦੇਵੀ ਕੁਦਰਤ ਵਾਲੇ ਖੁਦਾ ਬਾਪ ਦੇ ਸੱਜੇ ਹੱਥ ਜਾ ਬੈਠਾ, ਉੱਥੋਂ ਜਿਉਂਦਿਆਂ ਦੇ ਮੁਰਦਿਆਂ ਦਾ ਇਨਸਾਫ ਕਰਨ ਲਈ ਰੱਖੇ ਜਾਵੇਗਾ। ਮੈਂ ਮਾਨ ਰੱਖਦਾ ਹਾਂ ਰੂਹ ਪਾਕ ਉੱਤੇ, ਇੱਕ ਪਾਕ ਕੈਥੋਲਿਕ ਕਲੀਸਿਆ, ਪਾਕ ਲੋਕਾਂ ਦੀ ਸ਼ਾਨ, ਗੁਨਾਹਾਂ ਦੀ ਮਾਫੀ, ਜਿਸਮ ਦਾ ਜੀਵਨਾ ਅਤੇ ਹਮੇਸ਼ਾ ਦੀ ਜ਼ਿੰਦਗੀ। ਆਮੀਨ। ਆਓ ਅਸੀਂ ਸਾਰੇ ਆਪਣੀਆਂ ਅੱਖਾਂ ਬੰਦ ਕਰਾਂਗੇ ਔਰ ਆਪਣੇ ਸਾਰੇ ਨੇਕ ਇਰਾਦਿਆਂ ਨੂੰ ਸੰਤਨੀ ਤਰੇਜ਼ਾ ਦੀ ਮਧਿਅਸਥਾ ਦੇ ਰਾਹੀਂ ਪਰਮੇਸ਼ੁਰ ਦੇ ਹੱਥਾਂ ਵਿੱਚ ਸਮਰਪਿਤ ਕਰਾਂਗੇ। ਜਿੰਨੇ ਵੀ ਭੈਣ ਭਰਾਵਾਂ ਨੇ ਸਾਨੂੰ ਪ੍ਰਾਰਥਨਾ ਕਰਨ ਦੇ ਲਈ ਬੇਨਤੀ ਕੀਤੀ ਹੈ, ਉਹਨਾਂ ਦੀਆਂ ਦੁਆਵਾਂ ਪ੍ਰਾਰਥਨਾਵਾਂ ਨੂੰ ਵੀ ਅਸੀਂ ਪ੍ਰਭੂ ਦੇ ਹੱਥਾਂ ਵਿੱਚ ਸਮਰਪਿਤ ਕਰੀਏ। ਆਓ ਅਸੀਂ ਆਪਣੀ ਪਿਆਰੀ ਮਾਂ ਮਰੀਮ ਦੀ ਮਧਿਅਸਥਾ ਮੰਗੀਏ। ਸਲਾਮ ਏ ਮਰੀਮ, ਫਜ਼ਲ ਨਾਲ ਭਰੀ ਹੋਈ, ਖੁਦਾਵੰਦ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧੰਨ ਹੈ, ਨਾਲੇ ਧੰਨ ਹੈ ਤੇਰੀ ਕੁੱਖ ਦਾ ਫਲ ਯੇਸ਼ੂ। ਹੈ ਹਜ਼ਰਤ ਮਰੀਮ, ਖੁਦਾ ਦੀ ਮਾਂ, ਅਸਾਂ ਗੁਨਾਹਗਾਰਾਂ ਲਈ ਦੁਆ ਕਰ, ਹੁਣ ਤੇ ਸਾਡੀ ਮੌਤ ਦੇ ਵੇਲੇ। ਆਮੀਨ। ਮੇਰਾ ਮੇਰਾ
करो कि मेरी अदे तुहाडी ए कुर्बानी पूरी कुदरत वाले खुदा बाप नू कबूल होवे। प्रभु इस कुर्बानी नू तुहाडे हथां दे विचों अपने नां दी उस्तत अते वडियाई लई साडे अते सारी पाक कलीसिया दे भले लई कबूल करे। ए प्रभु तेरी महानता तेरे संतां दे राहीं प्रगट हुंदी है। अपनी मेहर भरे प्यार दे के बालक यीशु दी संतनी तेरेजा दे निमर चढ़ावे नू तू वड्डी खुशी नाल कबूल किया। तेरे अगे चढ़ाए साडे नजरानिया नू प्रवान कर अते वफादारी नाल सदा तेरी सेवा करदे रहन लई सानू लायक बना साडे प्रभु यीशु मसीह दे राही। आमीन। प्रभु तुहाडे नाल होवे अते तुहाडी रूह नाल भी होवे। तुसी अपने दिल प्रभु वल लगाओ। असी अपने दिल प्रभु वल लगांदे हां। असी अपने प्रभु खुदा दा धन्नवाद करिए। ए सही अते योग है। ए प्रभु पवित्र बाप पूरी कुदरत वाले ते काल खुदा ए सचमुच सही अते योग है। मुक्ति पाउण दा राह है कि असी हर वेले ते हर थां यीशु मसीह अपने प्रभु दे राही तेरा धन्नवाद करिए। संतां दे राही तेरा ही जलाल जाहिर हुंदा है क्यों जो उन्हां दी शान तेरियां दातां दा ही ताज है। धरती उत्ते उन्हां दे जीवन राही तू सानू नेक नमूना दिंदा है। उन्हां नाल साडे मेल द्वारा तू सानू उन्हां दी दोस्ती दा वरदान दिंदा है। कलीसिया लई उन्हां दी प्रार्थना राही तू सानू ताकत अते सुरक्षा दिंदा है। गवाहां दी महान संगत सानू शैतान उत्ते फतेह पाउण लई प्रेरित करदी है तां जो असी साडे प्रभु यीशु मसीह दे राही उहनां दे सदीवी महिमा दे इनाम विच हिस्सेदार होईए। इस लई असी फरिश्तियां ते महाफरिश्तियां अते सब संतां संतनियां सने तेरी वडियाई दा टूट गीत गाउंदे होए ए पुकारदे हां। पावन पावन प्रभु परमेश्वर सकल सृष्टि के जगदीश्वर। पावन पावन प्रभु परमेश्वर सकल सृष्टि के जगदीश्वर। पावन 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 प्रभु तेरा नाम। Thank you.
ਹੈ ਪ੍ਰਭੂ ਤੂੰ ਸੱਚਮੁੱਚ ਪਵਿੱਤਰ ਹੈ ਅਤੇ ਸਹੀ ਹੈ ਕਿ ਤੇਰੀ ਸਾਰੀ ਸ੍ਰਿਸ਼ਟੀ ਤੇਰੀ ਵਡਿਆਈ ਕਰੇ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਅਤੇ ਰੂਪਾਕ ਦੀ ਕੁਦਰਤ ਨਾਲ ਤੂੰ ਸਾਰੇ ਸੰਸਾਰ ਨੂੰ ਜੀਵਨ ਬਖਸ਼ਦਾ ਅਤੇ ਪਾਕ ਕਰਦਾ ਹੈ ਤੂੰ ਲਗਾਤਾਰ ਆਪਣੇ ਲਈ ਪ੍ਰਜਾ ਇਕੱਠੀ ਕਰਦਾ ਰਹਿੰਦਾ ਹੈ ਤਾਂ ਜੋ ਚੜ੍ਹਦੇ ਸੂਰਜ ਤੋਂ ਲੈ ਕੇ ਲੈਂਦੇ ਤੱਕ ਇੱਕ ਸ਼ੁੱਧ ਕੁਰਬਾਨੀ ਤੇਰੇ ਪਵਿੱਤਰ ਨਾਮ ਦੇ ਲਈ ਚੜ੍ਹਾਈ ਜਾਵੇ ਇਸ ਲਈ ਐ ਪ੍ਰਭੂ ਅਸੀਂ ਹਲੀਮੀ ਨਾਲ ਤੇਰੇ ਅੱਗੇ ਮਿੰਨਤ ਕਰਦੇ ਹਾਂ ਕਿ ਆਪਣੀ ਮਿਹਰ ਨਾਲ ਉਸੇ ਰੂਪਾਕ ਦੇ ਰਾਹੀਂ ਇਹਨਾਂ ਨਜ਼ਰਾਨਿਆਂ ਨੂੰ ਪਵਿੱਤਰ ਕਰ ਜੋ ਅਸੀਂ ਤੇਰੀ ਪਾਕ ਹਜ਼ੂਰੀ ਵਿੱਚ ਲੈ ਕੇ ਆਏ ਹਾਂ ਤਾਂ ਜੋ ਇਹ ਤੇਰੇ ਬੇਟੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ ਜਿਸ ਦੇ ਹੁਕਮ ਨਾਲ ਅਸੀਂ ਇਹਨਾਂ ਭੇਦਾਂ ਨੂੰ ਮਨਾਉਂਦੇ ਹਾਂ ਜਿਸ ਰਾਤ ਉਸਦਾ ਵਿਸ਼ਵਾਸਘਾਤ ਕੀਤਾ ਗਿਆ ਉਸਨੇ ਰੋਟੀ ਲਈ ਅਤੇ ਤੇਰਾ ਧੰਨਵਾਦ ਕਰਦਿਆਂ ਬਰਕਤ ਦਿੱਤੀ ਰੋਟੀ ਤੋੜੀ ਅਤੇ ਆਪਣੇ ਚੇਲਿਆਂ ਨੂੰ ਦਿੱਤੀ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਖਾਓ ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ ਇੱਕ ਵਾਰ ਫਿਰ ਧੰਨਵਾਦ ਕਰਦਿਆਂ ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ ਇਹ ਕਹਿੰਦੇ ਹੋਏ ਤੁਸੀਂ ਸਾਰੇ ਇਹ ਲਓ ਅਤੇ ਇਸ ਵਿੱਚੋਂ ਪੀਓ ਕਿਉਂ ਜੋ ਇਹ ਮੇਰੇ ਲਹੂ ਦਾ ਪਿਆਲਾ ਹੈ ਨਵੇਂ ਅਤੇ ਸਦੀਵੀ ਨੇਮ ਦਾ ਲਹੂ ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹਾਂ ਦੀ ਮਾਫ਼ੀ ਲਈ ਵਹਾਇਆ ਜਾਵੇਗਾ ਮੇਰੀ ਯਾਦ ਵਿੱਚ ਇਹ ਕਰਿਆ ਕਰੋ ਇਮਾਨ ਦਾ ਪੇਦ ਮੁਕਤੀਕਾਰੀ ਦੁੱਖ ਭੋਗ ਉਸਦੇ ਜਲਾਲੀ ਜੀ ਉੱਠਣ ਅਤੇ ਸਵਰਗ ਵਿੱਚ ਚੜ੍ਹ ਜਾਣ ਦੀ ਯਾਦਗਾਰੀ ਮਨਾਉਂਦੇ ਹਾਂ ਅਤੇ ਉਸਦੇ ਦੂਜੀ ਵਾਰੀ ਆਉਣ ਨੂੰ ਉਡੀਕਦੇ ਹੋਏ ਤੇਰਾ ਧੰਨਵਾਦ ਕਰਦਿਆਂ ਇਹ ਜਿਉਂਦੀ ਅਤੇ ਪਵਿੱਤਰ ਕੁਰਬਾਨੀ ਤੈਨੂੰ ਚੜ੍ਹਾਉਂਦੇ ਹਾਂ ਅਸੀਂ ਬੇਨਤੀ ਕਰਦੇ ਹਾਂ ਕਿ ਤੂੰ ਆਪਣੀ ਕਲੀਸਿਆ ਦੇ ਚੜਾਵੇ ਉੱਤੇ ਨਜ਼ਰ ਕਰ ਅਤੇ ਇਸ ਕੁਰਬਾਨ ਹੋਏ ਲੇਲੇ ਨੂੰ ਪਛਾਣ ਜਿਸ ਦੀ ਕੁਰਬਾਨੀ ਤੋਂ ਰਾਜ਼ੀ ਹੋ ਕੇ ਤੂੰ ਸਾਡਾ ਆਪਣੇ ਨਾਲ ਮੇਲ ਕਰਾਇਆ ਹੈ ਬਖਸ਼ ਦੇ ਕਿ ਅਸੀਂ ਤੇਰੇ ਬੇਟੇ ਦੇ ਬਦਨ ਅਤੇ ਲਹੂ ਨਾਲ ਰਜਾਏ ਹੋਏ ਅਤੇ ਉਸਦੇ ਰੂਪ ਪਾਕ ਨਾਲ ਭਰਪੂਰ ਹੋ ਕੇ ਮਸੀਹ ਦੇ ਵਿੱਚ ਇੱਕ ਸਰੀਰ ਅਤੇ ਇੱਕ ਰੂਹ ਬਣ ਜਾਈਏ ਉਹ ਸਾਨੂੰ ਤੇਰੇ ਲਈ ਇੱਕ ਸਦੀਵੀ ਨਜ਼ਰਾਨਾ ਬਣਾਵੇ ਤਾਂ ਜੋ ਅਸੀਂ ਤੇਰੇ ਚੁਣਿਆ ਹੋਇਆਂ ਨਾਲ ਖਾਸ ਕਰਕੇ ਧੰਨ ਕੁਵਾਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਮਾਰੀ ਦੇ ਮੁਬਾਰਕ ਵਰਸਨ ਦੀ ਯੂਸਫ ਦੇ ਨਾਲ ਤੇਰੇ ਧੰਨ ਰਸੂਲਾਂ ਨਾਲ ਤੇਜਸਵੀ ਸ਼ਹੀਦਾਂ ਨਾਲ ਸੰਤਨੀ ਦਰੇਸਾ ਅਤੇ ਤੇਰੇ ਸਾਰੇ ਸੰਤਾਂ ਨਾਲ ਉਹਨਾਂ ਦੇ ਵਿਰਸੇ ਦੇ ਵਾਰਿਸ ਬਣ ਜਾਈ ਇਹਨਾਂ ਵੱਲੋਂ ਤੇਰੀ ਹਜ਼ੂਰੀ ਵਿੱਚ ਲਗਾਤਾਰ ਕੀਤੀ ਜਾਣ ਵਾਲੀ ਸਿਫਾਰਿਸ਼ ਦੀ ਯਕੀਨੀ ਮਦਦ ਉੱਤੇ ਅਸੀਂ ਭਰੋਸਾ ਰੱਖਦੇ ਹਾਂ ਐ ਪ੍ਰਭੂ ਅਸੀਂ ਇਹ ਬੇਨਤੀ ਕਰਦੇ ਹਾਂ ਕਿ ਸਾਡੇ ਮੁੜ ਮਿਲਾਪ ਦੀ ਇਹ ਕੁਰਬਾਨੀ ਸਭ ਦੁਨੀਆ ਦੀ ਸ਼ਾਂਤੀ ਅਤੇ ਮੁਕਤੀ ਲਈ ਅਸਰਦਾਇਕ ਹੋਵੇ ਤੂੰ ਕਿਰਪਾ ਕਰਕੇ ਇਸ ਧਰਤੀ ਉੱਤੇ ਫੈਲੀ ਆਪਣੀ ਯਾਤਰੀ ਕਲੀਸਿਆ ਨੂੰ
ਆਪਣੇ ਸੇਵਕ ਸਾਡੇ ਸੰਤ ਪਾਪਾ ਫਰਾਂਸਿਸ ਨੂੰ, ਸਾਡੇ ਬਿਸ਼ਪਾਂ ਫਰੈਂਕੋ ਅਤੇ ਗਨੈਲੋ ਨੂੰ, ਕੁੱਲ ਦੁਨੀਆ ਦੇ ਬਿਸ਼ਪਾਂ ਪੁਰੋਹਿਤਾਂ ਅਤੇ ਸਭ ਲੋਕਾਂ ਨੂੰ ਜਿਨ੍ਹਾਂ ਨੂੰ ਤੂੰ ਆਪਣਾ ਬਣਾ ਲਿਆ ਹੈ, ਇਮਾਨ ਅਤੇ ਪਿਆਰ ਵਿੱਚ ਮਜ਼ਬੂਤ ਬਣਾਉਣ ਦੀ ਮਿਹਰਬਾਨੀ ਕਰ। ਕਿਰਪਾ ਕਰਕੇ ਇਸ ਪਰਿਵਾਰ ਦੀਆਂ ਪ੍ਰਾਰਥਨਾਵਾਂ ਨੂੰ ਕਬੂਲ ਕਰ ਜਿਸ ਨੂੰ ਤੂੰ ਆਪਣੇ ਸਾਹਮਣੇ ਸੱਦਣ ਦੀ ਮਿਹਰ ਕੀਤੀ ਹੈ। ਇਹ ਦਿਆਲੂ ਬਾਪ ਸੰਸਾਰ ਭਰ ਵਿੱਚ ਖਿਲਰੇ ਹੋਏ ਆਪਣੇ ਸਾਰੇ ਬੱਚਿਆਂ ਨੂੰ ਆਪਣੇ ਕੋਲ ਇਕੱਠੇ ਕਰਨ ਦੀ ਕਿਰਪਾ ਕਰ। ਸਾਡੇ ਮੋਏ ਹੋਏ ਭੈਣ ਭਰਾਵਾਂ ਅਤੇ ਉਹਨਾਂ ਸਾਰਿਆਂ ਨੂੰ ਜਿਹੜੇ ਤੈਨੂੰ ਖੁਸ਼ ਕਰਦਿਆਂ ਇਹ ਸੰਸਾਰ ਵਿੱਚੋਂ ਚਲਾਨਾ ਕਰ ਗਏ ਹਨ, ਮਿਹਰ ਨਾਲ ਆਪਣੇ ਰਾਜ ਵਿੱਚ ਦਾਖਲ ਕਰ। ਉੱਥੇ ਅਸੀਂ ਤੇਰੀ ਵੱਡੀ ਸ਼ਾਨ ਦੀ ਖੁਸ਼ੀ ਵਿੱਚ ਸਦਾ ਨਿਹਾਲ ਰਹਿਣ ਦੀ ਉਮੀਦ ਰੱਖਦੇ ਹਾਂ, ਸਾਡੇ ਪ੍ਰਭੂ ਮਸੀਹ ਦੇ ਰਾਹੀਂ ਜਿਸ ਦੇ ਰਾਹੀਂ ਤੂੰ ਦੁਨੀਆ ਨੂੰ ਹਰ ਚੰਗੀ ਦਾਤ ਬਖਸ਼ਦਾ ਹੈ। ਉਸਦੇ ਰਾਹੀਂ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਐ ਖੁਦਾ ਪੂਰੀ ਕੁਦਰਤ ਵਾਲੇ ਬਾਪ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕ ਸੰਤਨੀ ਤਰੀਜ਼ਾ ਵਾਂਗੂ ਖੁਦਾ ਬਾਪ ਦੇ ਉੱਤੇ ਭਰੋਸਾ ਰੱਖਦੇ ਹੋਏ ਆਓ ਅਸੀਂ ਖੁਦਾ ਦਾ ਰਾਜ ਆਉਣ ਦੇ ਲਈ ਪ੍ਰਾਰਥਨਾ ਕਰੀਏ। ਐ ਸਾਡੇ ਬਾਪ ਜਿਹੜਾ ਅਸਮਾਨ ਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਆਸਮਾਨ ਤੇ ਹੋਏ ਪੂਰੀ ਹੈ, ਜ਼ਮੀਨ ਤੇ ਵੀ ਹੋਵੇ, ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਾਂ ਨੂੰ ਮਾਫ ਕਰਦੇ ਹਾਂ, ਸਾਨੂੰ ਅਜ਼ਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ, ਆਮੀਨ। ਐ ਪ੍ਰਭੂ ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈਆਂ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਰਹੀਏ ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜਿਵੇਂ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੇ ਆਉਣ ਦੀ ਉਡੀਕ ਕਰਦੇ ਹਾਂ, ਕਿਉਂ ਜੋ ਰਾਜ ਕੁਦਰਤ ਐ ਪ੍ਰਭੂ ਯਿਸੂ ਮਸੀਹ, ਤੂੰ ਆਪਣੇ ਰਸੂਲਾਂ ਨੂੰ ਆਖਿਆ ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੀ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਿਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜਿਉਂਦਾ ਦੇ ਰਾਜ ਕਰਦਾ ਹੈ ਸਦਾ ਤੋਂ ਸਦਾ ਤਿਕਰ, ਆਮੀਨ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹਾਨੀ ਹੋਵੇ। ਆਓ ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਦੁਨੀਆ ਦੇ ਗੁਨਾਹ ਚੁੱਕ ਲਿਆ ਜਾਂਦਾ ਹੈ,
ਧੰਨ ਹਨ ਉਹ ਜਿਹੜੇ ਲੇਲੇ ਦੇ ਭੋਜ ਤੇ ਸੱਦੇ ਗਏ ਹਨ। ਐ ਪ੍ਰਭੂ ਮੈਂ ਸ਼ੋਕ ਕਰਨੀ ਹਾਂ ਕਿ ਤੂੰ ਮੇਰੀ ਸਾਥ ਲਿਆਵੇਂ, ਪਰ ਇੱਕ ਹੀ ਸ਼ਬਦ ਨਾਲ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਪ੍ਰਭੂ ਕਹਿੰਦਾ ਹੈ ਜਦ ਤੱਕ ਤੁਸੀਂ ਬੱਚਿਆਂ ਵਾਂਗ ਨਹੀਂ ਬਣਦੇ ਤੁਸੀਂ ਸਵਰਗ ਰਾਜ ਵਿੱਚ ਦਾਖਲ ਨਹੀਂ ਹੋਵੋਗੇ। ਅਸੀਂ ਪ੍ਰਾਰਥਨਾ ਕਰੀਏ। ਐ ਪ੍ਰਭੂ, ਪਾਕ ਯੂਕਰਿਸਟ ਦੇ ਸੈਕਰਾਮੈਂਟ ਵਿੱਚ ਸ਼ਰੀਕ ਹੋਣਾ ਸਾਡੇ ਵਿੱਚ ਉਸ ਪਿਆਰ ਦੀ ਅੱਗ ਨੂੰ ਜਗਾਵੇ ਜਿਸ ਨੇ ਬਾਲਕ ਯਿਸੂ ਦੀ ਕੁਵਾਰੀ ਸੰਦਰੀ ਤਰੇਜ਼ਾ ਨੂੰ ਸਾਰਿਆਂ ਦੀ ਨਜਾਤ ਲਈ ਆਪਣੇ ਆਪ ਨੂੰ ਸਮਰਪਣ ਕਰਨ ਦੀ ਪ੍ਰੇਰਣਾ ਦਿੱਤੀ। ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀਂ ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ, ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਪੂਰੇ ਕੁਦਰਤ ਵਾਲਾ ਖੁਦਾ ਬਾਪ, ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ। ਆਮੀਨ। ਆਪਣੇ ਜੀਵਨ ਰਾਹੀਂ ਪ੍ਰਭੂ ਦੀ ਵਡਿਆਈ ਕਰੋ, ਸ਼ਾਂਤੀ ਨਾਲ ਜਾਓ। ਖੁਦਾ ਦਾ ਸ਼ੁਕਰ ਹੋਵੇ। ਦੁਆ ਯਾਦ ਕਰ। ਐ ਨਹਾਇਤ ਮਿਹਰਬਾਨ ਕੁਆਰੀ ਮਰੀਮ, ਪਹਿਲੇ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦੇ ਆ, ਤੇਰੀ ਮਦਦ ਚਾਹੁੰਦੇ ਆ, ਤੇਰੀ ਸਿਫਾਰਿਸ਼ ਮੰਗਦੇ ਆ, ਤੇਰੇ ਕੋਲ ਆਵੇ। ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ, ਮੈਂ ਤਸੱਲੀ ਨਾਲ ਤੇਰੇ ਕੋਲ ਸਾਉਂਦਾ ਹਾਂ, ਅਤੇ ਤੇਰੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ। ਮਾਂ ਮਰੀਮ ਸ਼ਾਂਤੀ ਦੀ ਰਾਣੀ, ਸਾਡੇ ਲਈ ਦੁਆ ਕਰ।